अस किरपान खंडो खड़ग तुपक तबर अर तीर सैफ सरोही सहति यह हमारे पीर तीर तू ही सथी तू ही तू ही तबर तरवार नाम तिहारो जो जप भय सिंध पाव पार काल तू ही काली तू ही तू ही तेग अर तीर तू ही निशानी जीत की आज तू ही जगबीर काल तू ही काली तू ही तू ही तेग अर तीर तू ही निशानी जीत की आज तू ही जगबीर पतत पावन जुग हो जुग अटल साहिब सतगुरु धन धन श्री गुरु ग्रंथ साहिब महाराज जिन्हां दे पावन हजूर बैठण दा सुभाग आपां सारिआं नूं नसीब होया है जिवें कि आप जी नूं इत्थों दे मुख ग्रंथी साहिबान भाई भुपिंदर सिंह जी पिछले समें तों वार वार ये बचन दोहरा रहे ने कि ये जो पावन दिन ने ओ साड़ी कौम दे नाल बड़ा डाढ़ा संबंध रखते ने ते उस लड़ी दे तहत आपां शब्द विचार नूं रोक निरोल इतिहासक विचार आरंभ कीती है। कल दे दीवान अंदर चमकौर दी गढ़ी दा जिहड़ा जंग है उसनू आपां सतगुरां दे हजूर बैठ वाचिया सी प्रसंग दी विचार इत्थों तक गई सी कि सतगुरां दे वड्डे साहिबजादा बाबा अजीत सिंह जी जूझदे होए जंग दे मैदान विच शहादत प्राप्त करदे ने उन्हां तो उपरंत उन्हां दे छोटे साहिबजादा बाबा जुझार सिंह चल सतगुरां वल वधदे ने ते महाराज गलवकड़ी विच लै अपने पासों एक खंजर दे उन्हां नूं जंग दे मैदान विच विदा करन लगे ने जिवें अगे विचार आ रही है आओ सतगुरां दे हजूर बैठ भावना दे नाल अपनी बिरती नूं उस जगह उपर लजाउण दी कोशिश करिए कि किवें एक पासे 10 लाख दा घेरा है ते एक पासे कच्ची हवेली दे विच 40 भुखे भाणे सिख ओ सिदक सी ओ उन्हां दे अंदर दा जज्बा सी ओ टकाओ ते गुरु दी बख्शिश सी नहीं तां इस तरह दे कारनामे करने आम व्यक्ति दे वस दी गल नहीं। जे सतगुरु साहिब जी इस कथा बाबत इन्हां घटनावां बाबत
ਜ਼ਫ਼ਰਨਾਮੇ ਦੇ ਅੰਦਰ ਨਾਂ ਲਿਖਦੇ ਤੇ ਹੋ ਸਕਦਾ ਸੀ ਬਹੁਤ ਲੋਕ ਕਿੰਤੂ ਕਰਦੇ, ਪਰ ਸਤਿਗੁਰੂ ਆਪਣੀ ਕਲਮ ਦੇ ਨਾਲ ਆਪ ਲਿਖ ਕਰਕੇ ਗਏ ਨੇ ਤੇ ਉਸ ਤੋਂ ਹਵਾਲੇ ਲੈ ਵਿਦਵਾਨਾਂ ਨੇ ਵਿਸਥਾਰ ਕੀਤਾ ਇਤਿਹਾਸ ਦਾ। ਸੋ ਆਪਾਂ ਉਸ ਕੜੀ ਨੂੰ ਵਾਚਣਾ ਹੈ, ਪਿਆਰ ਦਾ ਸਬੂਤ ਦੇਵੋ, ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਕੋਈ ਵੀ ਰਚਨਾ ਗੁਰੂ ਨਾਮ ਤੋਂ ਵਾਂਝੀ ਨਾ ਰਹੇ। ਗੱਜ ਵੱਜ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਸੇ ਸਤਿਗੁਰਾਂ ਦਾ ਜੀਵਨ ਬਹੁਤ ਲੋਕਾਂ ਨੇ ਲਿਖਿਆ। ਹਿੰਦੁਸਤਾਨ ਦੇ ਰਹਿ ਚੁੱਕੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਬਾਬਤ ਡਾਕਟਰ ਮਜੀਬ ਇੱਕ ਗੱਲ ਲਿਖਦੇ ਨੇ ਕਿ ਇੱਕ ਵਾਰ ਪਟਿਆਲਾ ਯੂਨੀਵਰਸਿਟੀ ਅੰਦਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਵਿਸ਼ੇ 'ਤੇ ਬੋਲਣਾ ਹੈ। ਇਸ ਵਾਸਤੇ ਉਹ ਇੱਕ ਪੇਪਰ ਤਿਆਰ ਕਰ ਰਹੇ ਨੇ, ਰਾਸ਼ਟਰਪਤੀ ਭਵਨ ਵਿੱਚ ਬੈਠੇ ਹੋਏ ਨੇ। ਗੁਰੂ ਬਾਬਤ ਲਿਖਦਿਆਂ ਕੀ ਤੱਕਦੇ ਨੇ ਕਿ ਜਿਸ ਪੇਪਰ ਉੱਪਰ ਉਹ ਲਿਖ ਰਹੇ ਨੇ ਉਹ ਸਿੱਲਾ ਹੋ ਗਿਆ, ਉਹ ਗਿੱਲਾ ਹੋ ਗਿਆ। ਅਤੇ ਡਾਕਟਰ ਹੁਸੈਨ ਨੇ ਤੱਕਿਆ ਕਿ ਇਹ ਜਲ ਕਿੱਥੋਂ ਆਇਆ ਹੈ, ਅਤੇ ਜਦੋਂ ਉਹਨਾਂ ਨੇ ਆਪਣੀ ਐਨਕ ਉਤਾਰ ਕੇ ਤੱਕਿਆ ਅਤੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਸਨ ਉਹ ਜਲ ਦੇ ਨਾਲ ਭਰੀਆਂ ਹੋਈਆਂ ਸਨ। ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹਦੇ ਅੰਦਰ ਇੰਨਾ ਹੁਲਾਸ ਹੈ, ਇੰਨੀ ਕਰੁਣਾ ਹੈ ਕਿ ਹਰ ਕਿਸੇ ਵਿਅਕਤੀ ਦੇ ਉਹ ਹਿਰਦੇ ਨੂੰ ਹਿਲਾ ਸਕਦੀ ਹੈ। ਸਤਿਗੁਰਾਂ ਦੇ ਹਜ਼ੂਰੀ ਕਵੀ ਅੰਮ੍ਰਿਤ ਰਾਏ ਇਹ ਗੱਲ ਲਿਖਦਾ ਕਿ ਆਮ ਤੌਰ 'ਤੇ ਕਿਸੇ ਵਿਅਕਤੀ ਦੀ ਸ਼ਖਸੀਅਤ ਨੂੰ ਪੇਸ਼ ਕਰਨਾ ਹੋਵੇ ਅਤੇ ਉਹਦੇ ਜੀਵਨ ਦੇ ਵਿੱਚੋਂ ਨੌ ਰਸ ਮਸਾਂ ਲੱਭਦੇ ਨੇ, ਪਰ ਕਹਿੰਦੇ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦਾ ਜੀਵਨ ਲਿਖਿਆ ਅਤੇ ਉਹਨਾਂ ਦੀ ਸ਼ਖਸੀਅਤ ਦੇ ਵਿੱਚੋਂ ਜਿਹੜੇ ਨੌ ਰਸ ਨੇ ਉਹ ਝਿਮ ਝਿਮ ਕਰਕੇ ਵਰਸ ਰਹੇ ਨੇ। ਉਹ ਕਹਿੰਦਾ ਮੈਂ ਇਸ ਗੱਲ ਨੂੰ ਤੱਕਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਕਿਸ ਤਰ੍ਹਾਂ ਦਾ ਵਿਸ਼ਾਲ ਹੈ ਕਿ 9 ਸਾਲ ਦੀ ਉਮਰ ਅੰਦਰ ਪਿਤਾ ਦੇ ਸੀਸ ਦਾ ਦੀਦਾਰ ਕਰਦੇ ਨੇ, ਉਸ ਸਮੇਂ ਵੀ ਟਿਕਾਓ ਵਿੱਚ ਨੇ ਅਤੇ ਭਰ ਜਵਾਨੀ ਦੀ ਉਮਰ ਵਿੱਚ ਆਪਣੇ ਪੁੱਤਰਾਂ ਨੂੰ ਆਪਣੇ ਸਾਹਮਣੇ ਸ਼ਹੀਦ ਹੋਇਆ ਤੱਕਦੇ ਨੇ, ਉਸ ਸਮੇਂ ਵੀ ਅਡੋਲ ਨੇ ਅਤੇ ਜਿਸ ਸਮੇਂ ਨਾਦੇੜ ਦੀ ਧਰਤੀ ਉੱਪਰ ਸਤਿਗੁਰਾਂ ਦੇ ਉੱਪਰ ਜਮਸ਼ੇਦ ਖਾਂ ਹੱਲਾ ਬੋਲਦਾ ਅਤੇ ਸਤਿਗੁਰੂ ਉਹਦੇ ਹੱਲੇ ਦਾ ਜਵਾਬ ਦਿੰਦਿਆਂ ਹੋਇਆ ਉਹਨੂੰ ਧਰਤੀ 'ਤੇ ਸੁੱਟ ਦਿੰਦੇ ਨੇ, ਉਹਦੇ ਮੁੱਖ ਤੋਂ ਆਵਾਜ਼ ਨਿਕਲਦੀ ਹੈ ਹਾਏ ਅੰਮਾ, ਅਤੇ ਮਹਾਰਾਜ ਕਹਿੰਦੇ ਅਰੇ ਜੇ ਅੰਮਾ ਕੋ ਯਾਦ ਕਰਨੇ ਕਾ ਵਕਤ ਨਹੀਂ, ਅੱਲਾ ਕਹੋ ਅੱਲਾ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਹੈ ਕਿ ਉਹ ਹਰ ਸਮੇਂ ਦੇ ਵਿੱਚ ਅਡੋਲ ਰਹੇ ਨੇ। ਛੋਟੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਸਤਿਗੁਰਾਂ ਵੱਲ ਵਧੇ, ਮਹਾਰਾਜ ਨੇ ਗਲਵੱਕੜੀ ਵਿੱਚ ਲੈ ਕੋਲੋਂ ਖੰਜਰ ਦੇ ਉਸ ਨੂੰ ਵਿਦਾ ਕੀਤਾ ਅਤੇ ਯੋਗੀ ਅੱਲਾ ਯਾਰ ਖਾਂ ਲਿਖਦਾ ਹੈ ਕਿ ਮਹਾਰਾਜ ਨੇ ਆਖਿਆ ਜਾਓ ਬੇਟਾ ਤੁਝੇ ਕਰਤਾਰ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਝੇ ਕਰਤਾਰ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਸਿੱਖੀ ਕੋ ਉਬਾਰੋ ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਤੁਝੇ ਜੰਗ ਮੇਂ ਲੜਨੇ ਕੀ ਹਿੰਮਤ ਬਖਸ਼ੇ, ਪਿਆਸੇ ਜਾਨ ਕੋ ਜਾਮੇ ਸ਼ਹਾਦਤ ਤੁਮੇ ਬਖਸ਼ੇ। ਕਿਸ ਤਰ੍ਹਾਂ ਦਾ ਪਿਓ ਹੋਵੇਗਾ, ਕਿਉਂਕਿ ਹਰ ਕਿਸੇ ਪਿਓ ਦੀ ਇਹ ਚਾਹਨਾ ਹੁੰਦੀ ਹੈ ਕਿ ਉਹਦੀਆਂ ਅੱਖਾਂ ਦੇ ਸਾਹਮਣੇ ਉਹਦਾ ਪੁੱਤ ਘੋੜੀ ਚੜ੍ਹੇ, ਉਹਦਾ ਪਰਿਵਾਰ ਵਧੇ ਫੁੱਲੇ, ਉਹਦੇ ਘਰ ਵਿੱਚ ਪੋਤੇ ਪੋਤਰੀਆਂ ਹੋਣ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਮੰਗ ਕਰ ਰਹੇ ਨੇ
कि मैं अपनिया अखा दे नाल तेनू जंग दे मैदान दे विच शहीदे जाम पींदियां तक्का। बाबा जुझार सिंह जी ते प्यारे साहिब सिंह जी अते उना दे नाल तीन सिंह होर गड़ी तो बाहर निकलते ने ते छोटे छोटे हाथ ने। बाबा जुझार सिंह की उम्र 14 साल 8 महीने 17 दिन की है। छोटे छोटे हाथों के विच बाबा जुझार सिंह ने तेग पकड़ी हुई है ते जिन्नी उन्हां दे पास हिम्मत है उस दे नालों वधीक उन्हां दे उपर गुरु की बख्शिश है ते उस बख्शिश सदका उस बाल ने जंग दे मैदान विच उतरना कीता ते वैरियां दे आगू लाउणे शुरू कीते। लंबा समा वो जथा जूझिया आखिर बाबा जुझार सिंह नू घेरा पा लिया गया ते ओ जेड़ा घेरा सी ओ टुट ना सकिया ते उस घेरे दा टाकरा करदिया करदिया साहबजादा बाबा जुझार सिंह शहादत दा जाम पींदे ने। इस सारे नज़ारे नू गुरु गोबिंद सिंह महाराज जी ने कच्ची गढ़ी दे किले उपर खड़ तकिया ते सतगुरु साहब जी ने उस जगह उपर खड़ उची आवाज दे विच जकारा छड़िया। अपनी कौम दे महान विद्वान ढाडी सोहण सिंह सीतल उस वेले दे हालात नू बयान करदे ने। उन्हां ने शब्द वरते ने कि हस शहीदी पा गया जद लाल छुटेरा अखां सावें हो गया ओ बेरा बेरा उंगल ला के लै गया उनू वीर वडेरा जोड़ी जोड़ी हो गया परवार बथेरा हथ बन बोले सतगुरु वाह भाणा तेरा। गुरु गोबिंद सिंह महाराज जी दे अंदर दे टकाऊ नू बयान कीता है कि महाराज कहन लगे तेरा तुझ को सौंपते क्या लागे मेरा हुक्म रजाई चलना जो करे चंगेरा पंथ वसे मैं उजड़ा मन चाओ कनेरा तेरा तुझ को सौंपते क्या लागे मेरा होवा तैथों सुरखरू प्राणपाल उचेरा वाह वाह गोबिंद सिंह धन तेरा जेरा। तेरे जेरे नू तेरे सिद्क नू तेरी अडोलता नू मैं नमस्कार करदा हाँ। उस समय सतगुरु गढ़ी तो थले उतरे ने सतगुरां ने कमर कसा कीता होया ते महाराज ने भाई दया सिंह नू संबोधन हो आखिया कि इस तो चंगा मौका नहीं आवेगा असी हुण खुद जंग दे मैदान दे विच उतरांगे। भाई दया सिंह ने बेनती की महाराज असी इस जगह ते टाकरा करदे हाँ आप निकल जावो क्योंकि आप जी दी बहुत लोड़ है। सिंह शहादत पा गए ने कोई गल नहीं पर महाराज तुहाडी लोड़ है जे तुसी इत्थों निकल जावोगे ते पंथ दी अगवाई करोगे पंथ नू एक जगह ते एकत्र कर पावोगे। सतगुरु कहन लगे नहीं भाई दया सिंह जी हुण असी जुल्म दा टाकरा करदियां करदियां शहादत दा जाम पीवांगे। कहिंदे उस वक्त सूरज ढल चुका है सूरज दी टिकी छुप चुकी है सो दा रहरा साहिब दा पाठ होया है ते भाई दया सिंह ने नाल दे सिंघां दे नाल सलाह कीती क्योंकि उस समय जंग दा असूल सी कि शाम दे वक्त जदों सूरज छिप जांदा सी उस तों बाद एक दूजे ते वार नहीं सी कीता जांदा। सतगुरु तैयारी विच ने कि कल दे सूरज दे चढ़ा दे नाल असी खुद जंग दे मैदान विच जावांगे पर भाई दया सिंह इस सोच विच पए हुए ने कि सतगुरु इत्थों निकल जाण। जदों सतगुरां ने बेनती ना मनी भाई दया सिंह ने गुरमता कीता ते आखिया
कि सतगुरू साहब जी ने जिस समय खालसे नूं साजिया सी उस समय खालसे नूं ये अधिकार दिते सन कि खालसा मेरो रूप है खास, भाव खालसा मेरा स्वरूप है, खालसा परमात्मा दी जोत है। इस वास्ते आपां पंज सिंघ इकत्र हो सतगुरां नूं हुण हुक्म करिए। उस वक्त भाई दया सिंह ने चार सिंघां दे नाल सतगुरां नूं हुक्म कीता, महाराज आप जी नूं खालसा पंथ वल्लों साडे वल्लों ये हुक्म है कि आप इस गढ़ी नूं छड्ड जावो। महाराज कहण लगे, तुसीं इह किहड़ा प्रश्न मेरे जीवन विच पा दिता, मैं इस जगह दे उपर जूझना चाहुंदा सां, पर भाई दया सिंह जी जिहड़े बोल तुसीं कहे ने उन्हां बोलां नूं मैं कट नहीं सकदा, क्योंकि सतगुरां ने अपने मुखों कहा सी कि जो कुछ खालसा कहेगा उस वास्ते संगत नहीं, उन्हां दा वचन मनन वास्ते मैं भी सारा जीवन उन्हां दी ताबेदार रहांगा। महाराज नूं हुक्म कीता गया। फिर उस समय एक नीति घड़ी गई, महाराज ने एक वचन आख्या, जे तुसी हुक्म कर दिओ मैं गढ़ी तो जावांगा जरूर, पर लोक छिप के नहीं जावांगा, जयकारा छड उच्ची आवाज दे विच इथों निकलांगा। कहन लगे, उस समय गुरमता ए होया कि सतगुरु दे नाल दो सिंह तीन सिंह नाल जाणगे, भाई दया सिंह, भाई धर्म सिंह ते भाई मान सिंह, क्योंकि लगभग उस वेले उस गढ़ी दे अंदर 11 सिंह ने सतगुरां दे समेत, ते जेड़े भाई संगत सिंह ने उन्हां दा मुहांदरा महाराज दे नाल मिलदा है। भाई संगत सिंह, भाई केहर सिंह, भाई संतोख सिंह, भाई देवा सिंह, भाई राम सिंह, भाई लद्दा सिंह, भाई जीवन सिंह ये गढ़ी विच मौजूद रहणगे। अते सतगुरां ने अपने सीस तो कलगी उतार बाबा संगत सिंह दे सीस उपर सजा दित्ती। उस समय वो सिंह उत्थे खड़े होए ने, ते जाण तो पहला प्रिंसीपल सतबीर सिंह जी लिखदे ने कि सतगुरां ने अपनी तंदी उपर चाड़ करके चार तीर छड़े ने। पहला तीर जबरदस्त खां दी पेटी विच मारिया, उहदे नाल पत्रका बद्दी होई है। दूसरा तीर वजीद खां दे घोड़े नूं मारिया, पत्रका उहदे नाल भी बद्दी होई है। तीसरा तीर जिहड़ा है ओ महमूद ख्वाजा उस दी जा करके शरीर उपर मारिया। चौथा तीर अजमेर चंद भीम चंद दे पुत्र दी लत विच मारिया, ते उन्हां पत्रकावां उपर लिखिया होया कि याद रखना तुसी कसम नूं खा करके झूठी सौं खा के मुकरे हो, एक गल चेते विच रखना कि तुहानूं दोनों ही जहाना दे विच जगह नहीं मिलेगी। असी उस परमात्मा उपर भरोसा कीता है ते सदीवी तौर ते असी संसार उपर जिउंदे रहांगे, माण दे नाल उच्चा सिर लै करके चलांगे। ये जिहड़े बचन सतगुरां ने उन्हां दे ताई कीते, ते सतगुरां ने एक बोल होर जफरनामे दे विच लिखिया है कि तुसी 10 लख दा घेरा पाया, पर शर्म दी गल है कि तुसी मेरा वाल तक नहीं विंगा कर सके। ना पेचीदा मूए ना रवद तन, के ना ते मेरा वाल विंगा होया ना मेरे तन ते झरीट आई। रात दे वक्त सतगुरु गढ़ी नूं छड्डदे ने, ते उस समय जदों महाराज निकले ने ते सतगुरां ने वचन आखिया, हिंद पीरे मेर वद, के आओ किसे ने पकड़ना ते पकड़ लवो, हिंद दा पीर चलिया। उस समय थोड़ी जी हलचल होई है, पर कहिंदे वजीद खां ने आखिया, हनेरी रात दा समय जे आपां हल्ला हुण कीता ते अपनी फौज दा बहुत ज़्यादा नुकसान होवेगा, सवेर दे वक्त देखांगे
ਕਹਿੰਦੇ ਮਹਾਰਾਜ ਨਿਕਲੇ ਨੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਦੋ ਦਿਸ਼ਾਵਾਂ ਵੱਲ ਗਏ ਨੇ ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਭਾਈ ਦਇਆ ਸਿੰਘ ਇਕੱਠੇ ਨਿਕਲੇ ਨੇ। ਚੱਲਦਿਆਂ ਚੱਲਦਿਆਂ ਇੱਥੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਜਿਸ ਵਕਤ ਸਤਿਗੁਰੂ ਗੜੀ ਦੇ ਵਿੱਚੋਂ ਨਿਕਲੇ ਨੇ ਚੱਲਦਿਆਂ ਚੱਲਦਿਆਂ ਕੀ ਤੱਕਦੇ ਨੇ, ਹਨੇਰੀ ਰਾਤ ਹੈ, ਆਕਾਸ਼ ਦੇ ਵਿੱਚ ਬਿਜਲੀ ਗੜਕ ਰਹੀ ਹੈ। ਮਹਾਰਾਜ ਜਦੋਂ ਲੰਘ ਰਹੇ ਨੇ ਅਚਾਨਕ ਬਿਜਲੀ ਦਾ ਲਿਸ਼ਕਾਰਾ ਪਿਆ, ਸਤਿਗੁਰੂ ਲੰਘ ਗਏ, ਭਾਈ ਦਇਆ ਸਿੰਘ ਦੀ ਨਿਗਾਹ ਪਈ, ਕੀ ਤੱਕਦੇ ਨੇ ਕਿ ਅਜੀਤ ਦੀ ਲਾਸ਼ ਪਈ ਹੈ। ਭਾਈ ਦਇਆ ਸਿੰਘ ਦੇ ਪਾਸੋਂ ਉੱਥੇ ਚੱਲਿਆ ਨਾ ਗਿਆ, ਭਾਈ ਦਇਆ ਸਿੰਘ ਜੀ ਰੁਕ ਗਏ, ਕਿਉਂਕਿ ਸਰੀਰ ਦੇ ਜਿਹੜੇ ਬਸਤਰ ਨੇ ਉਹ ਪਾਟ ਚੁੱਕੇ ਨੇ, ਸਰੀਰ ਛੱਲੀ ਛੱਲੀ ਹੋਇਆ, ਸੀਸ ਵਾਲੀ ਪੱਗ ਜਿਹੜੀ ਹੈ ਉਹ ਖਿਸਕ ਚੁੱਕੀ ਹੈ। ਭਾਈ ਦਇਆ ਸਿੰਘ ਦੀਆਂ ਅੱਖਾਂ ਦੇ ਵਿੱਚ ਨੀਰ ਆਇਆ ਅਤੇ ਆਪਣੇ ਲੱਕ ਵਾਲਾ ਜਿਹੜਾ ਕਮਰ ਕੱਸਾ ਹੈ ਉਹ ਲਾਹ ਕਰਕੇ ਭਾਈ ਦਇਆ ਸਿੰਘ ਨੇ ਅਜੀਤ ਸਿੰਘ ਦੇ ਸਰੀਰ ਉੱਪਰ ਪਾਉਣਾ ਕੀਤਾ। ਇੰਨੇ ਚਿਰ ਨੂੰ ਸਤਿਗੁਰਾਂ ਨੇ ਪਿੱਛੇ ਮੁੜ ਤੱਕਿਆ, ਕਹਿਣ ਲੱਗੇ ਦਇਆ ਸਿੰਘ ਜੀ ਇਹ ਕੀ ਕਰ ਰਹੇ ਹੋ, ਆਪਣੇ ਪਰਨੇ ਨੂੰ ਉਠਾ ਲਓ। ਭਾਈ ਦਇਆ ਸਿੰਘ ਦੇ ਹੱਥ ਕੰਬ ਰਹੇ ਨੇ, ਅੱਖਾਂ ਦੇ ਵਿੱਚ ਨੀਰ ਹੈ। ਕਹਿਣ ਲੱਗੇ ਮਹਾਰਾਜ ਤੁਹਾਡੇ ਨਾਲ ਜੀਵਨ ਬਤੀਤ ਕੀਤਾ ਹੈ, ਪਰ ਆਪ ਜੀ ਇੰਨੇ ਨਿਰਦਈ ਹੋ ਗਏ ਕਿ ਆਪ ਦੇ ਪੁੱਤਰ ਦੀ ਲਾਸ਼ ਆਪਣੇ ਸਾਹਮਣੇ ਪਈ ਹੈ, ਆਪ ਜੀ ਨੇ ਤੱਕਿਆ ਤੱਕ ਨਹੀਂ, ਕਿ ਥੋੜ੍ਹਾ ਵੀ ਖਿਆਲ ਨਹੀਂ ਅਜੀਤ ਦਾ। ਸਤਿਗੁਰੂ ਕਹਿਣ ਲੱਗੇ ਮੈਨੂੰ ਇਕੱਲੇ ਅਜੀਤ ਦਾ ਨਹੀਂ, ਮੈਨੂੰ ਸਾਰਿਆਂ ਦਾ ਖਿਆਲ ਹੈ, ਕਿਉਂਕਿ ਇਸ ਜੰਗ ਦੇ ਮੈਦਾਨ ਵਿੱਚ ਇਕੱਲਾ ਅਜੀਤ ਨਹੀਂ ਜੂਝਿਆ, ਇਸ ਦੇ ਨਾਲ ਮੇਰੇ ਪ੍ਰਾਣਾਂ ਤੋਂ ਪਿਆਰੇ ਸਿੰਘ ਜੂਝੇ ਨੇ। ਉਸ ਜਗ੍ਹਾ ਦੇ ਉੱਪਰ ਇੱਕ ਵਿਦਵਾਨ ਨੇ ਇਹ ਗੱਲ ਆਖੀ ਹੈ ਕਿ ਮੈਂ ਅਜੀਤ ਵੱਲ ਇਸ ਵਾਸਤੇ ਨਹੀਂ ਤੱਕਿਆ ਕਿ ਲੋਕੀ ਲੱਖ ਵਾਰ ਕਹਿਣ ਮੈਨੂੰ ਰਣ ਦਾ ਚੋਰ, ਪਰ ਕੋਈ ਇਹ ਨਾ ਕਹੇ ਕਿ ਗੁਰੂ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਅਤੇ ਪੁੱਤਰ ਹੋਰ ਸਮਝੇ। ਲੋਕ ਇਹ ਗੱਲ 'ਤੇ ਕਹਿ ਸਕਣਗੇ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਜੰਗ ਦੇ ਮੈਦਾਨ ਵਿੱਚੋਂ ਦੌੜ ਗਿਆ, ਪਰ ਕੋਈ ਇਹ ਗੱਲ ਨਹੀਂ ਕਹਿ ਸਕੇਗਾ ਕਿ ਗੁਰੂ ਗੋਬਿੰਦ ਸਿੰਘ ਦੀ ਸੋਚ ਵਿੱਚ ਫਰਕ ਪਿਆ, ਉਹਨੇ ਆਪਣੇ ਪੁੱਤਰਾਂ ਨੂੰ ਹੋਰ ਅਤੇ ਆਪਣੇ ਸਿੱਖਾਂ ਨੂੰ ਹੋਰ ਸਮਝਿਆ। ਕਿਉਂਕਿ ਕਹਿਣ ਨੂੰ ਸਾਰੇ ਗੱਲ ਕਹਿ ਦਿੰਦੇ ਨੇ, ਪਰ ਜਿਹੜਾ ਜੀਵਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੈ ਉਸ ਨੂੰ ਬਿਆਨ ਕਰਨਾ, ਉਹਦੇ ਅੰਦਰ ਅੱਤ ਸੱਚਿਆਈ ਹਰ ਕਿਸੇ ਵਿਦਵਾਨ ਨੇ ਭਰੀ ਹੈ। ਇਸੇ ਵਾਸਤੇ ਕੋਈ ਇਸਲਾਮ ਨਾਲ ਸੰਬੰਧਿਤ ਹੈ, ਕੋਈ ਸਨਾਤਨ ਮਤ ਨਾਲ ਸੰਬੰਧਿਤ ਹੈ, ਕੋਈ ਈਸਾ ਦੇ ਨਾਲ ਸੰਬੰਧਿਤ ਹੈ, ਪਰ ਜਦੋਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਲਿਖਦੇ ਨੇ ਉਹ ਆਖਦੇ ਨੇ ਅਸੀਂ ਇਸ ਤਰ੍ਹਾਂ ਦਾ ਗੁਰੂ ਨਹੀਂ ਜੇ ਤੱਕਿਆ, ਜਿਸ ਦੇ ਜੀਵਨ ਵਿੱਚ ਐਸੀ ਕੜੀ ਆਈ ਕਿ ਪੁੱਤਰ ਦੀ ਲਾਸ਼ ਸਾਹਮਣੇ ਪਈ ਹੈ ਅਤੇ ਇੰਝ ਤੁਰਦੇ ਬਣੇ ਕਿ ਜਿਵੇਂ ਪੁੱਤਰ ਨੂੰ ਤੱਕਿਆ ਹੀ ਨਾ ਹੋਵੇ। ਭਾਈ ਦਇਆ ਸਿੰਘ ਜੀ ਚਾਹੁੰਦੇ ਨਹੀਂ ਸਨ, ਪਰ ਸਤਿਗੁਰਾਂ ਦਾ ਹੁਕਮ ਮੰਨ ਆਪਣੇ ਪਰਨੇ ਨੂੰ ਮੋਢੇ 'ਤੇ ਪਾ ਸਤਿਗੁਰਾਂ ਦੇ ਨਾਲ ਹੋ ਤੁਰੇ ਨੇ। ਤੁਸੀਂ ਤੱਕਣਾ, ਸੰਸਾਰ ਵਿੱਚ ਬਹੁਤ ਅਵਤਾਰ ਨੇ, ਪੈਗੰਬਰ ਨੇ, ਜਿਨ੍ਹਾਂ ਨੂੰ ਅੱਜ ਵੀ ਪੂਜਿਆ ਜਾਂਦਾ ਹੈ। ਮੈਂ ਇਸ ਵਾਸਤੇ ਨਹੀਂ ਕਹਿ ਰਿਹਾ ਕਿ ਮੈਂ ਸਿੱਖ ਕੌਮ ਨਾਲ ਸੰਬੰਧਿਤ ਹਾਂ, ਤੁਸੀਂ ਸੰਸਾਰੀ ਤੌਰ 'ਤੇ ਅਵਤਾਰੀ ਪੁਰਸ਼ਾਂ ਦੀ ਤਵਾਰੀਖ ਪੜ੍ਹਨੀ, ਆਪਣੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਉੱਗੜ ਕਰਕੇ ਸਾਹਮਣੇ ਆ ਜਾਵੇਗਾ। ਇੱਕ ਵਿਦਵਾਨ ਦੇ ਬੋਲ ਨੇ, ਉਹ ਕਹਿੰਦੇ ਦਸ਼ਰਥ ਮਹਿਲਾਂ ਤੋਂ ਛਾਲ ਮਾਰ ਮੋਇਆ। ਜਿਹੜਾ ਦਸ਼ਰਥ ਸੀ ਉਹ ਇਸ ਵਾਸਤੇ ਉਹਨੇ ਛਾਲ ਮਾਰ ਦਿੱਤੀ ਕਿਉਂਕਿ ਆਪਣੇ ਪੁੱਤਰ ਦੇ ਨਾਲ ਬਹੁਤ ਜ਼ਿਆਦਾ ਨੇਹੋ ਹੈ, ਪਰ ਆਪਣੀ ਦੂਸਰੀ ਪਤਨੀ ਕੇਕਈ ਦੇ ਕਹਿਣ ਉੱਪਰ ਉਹਨੇ ਆਪਣੇ ਪੁੱਤਰ ਨੂੰ 14 ਸਾਲ ਦਾ ਬਨਵਾਸ ਦਿੱਤਾ। ਕਹਿੰਦੇ ਚਾਹੁੰਦਾ ਨਹੀਂ ਸੀ
ਪਰ ਦੇਣਾ ਪਿਆ ਕਿਉਂਕਿ ਉਹਨੇ ਕਈ ਦੇ ਨਾਲ ਕੋਈ ਸਮਾਂ ਪਹਿਲਾਂ ਵਚਨ ਕੀਤਾ ਸੀ, ਜਦੋਂ ਉਹਨੇ ਜੰਗ ਦੇ ਮੈਦਾਨ ਵਿੱਚ ਉਹਦੀ ਸਹਾਇਤਾ ਕੀਤੀ ਸੀ ਕਿ ਜਦੋਂ ਕਿਤੇ ਤੂੰ ਮੰਗ ਕਰੇਗੀ ਮੈਂ ਤੇਰਾ ਦੇਣਦਾਰ ਹੋਵਾਂਗਾ। ਸਮਾਂ ਪਾ ਕਰਕੇ, ਕਿਉਂਕਿ ਕਈ ਚਾਹੁੰਦੀ ਹੈ ਕਿ ਦਸ਼ਰਥ ਦੀ ਜਗ੍ਹਾ ਉੱਪਰ ਉਹਦਾ ਪੁੱਤਰ ਜਿਹੜਾ ਭਰਤ ਹੈ ਉਹ ਅਯੁੱਧਿਆ ਦਾ ਮਾਲਕ ਬਣੇ। ਕਹਿੰਦੇ ਦਸ਼ਰਥ ਦਾ ਨੇਹੋ ਸੀ ਆਪਣੇ ਪੁੱਤਰ ਦੇ ਨਾਲ, ਪਰ ਆਪਣੀ ਘਰਵਾਲੀ ਦੇ ਬੋਲ ਟਾਲ ਨਾ ਸਕਿਆ, ਆਪਣੇ ਮੂੰਹੋਂ ਆਪਣੇ ਪੁੱਤਰ ਨੂੰ 14 ਸਾਲ ਦਾ ਬਨਵਾਸ ਦਿੱਤਾ। ਅਤੇ ਜਦੋਂ ਰਾਮ ਚੰਦਰ ਘਰੋਂ ਤੁਰੇ ਨੇ, ਮਹਿਲਾਂ ਦੇ ਉੱਪਰ ਚੜ੍ਹ ਗਿਆ। ਇਹ ਵਾਰ ਤਾਂ ਮੈਂ ਕਲਪਨਾ ਦੇ ਰੂਪ ਵਿੱਚ ਨਹੀਂ ਕਹਿ ਰਿਹਾ, ਰਮਾਇਣ ਸਭ ਤੋਂ ਜ਼ਿਆਦਾ ਪੁਰਾਤਨ ਬਾਲਮੀਕ ਦੀ ਲਿਖੀ ਮੰਨੀ ਜਾਂਦੀ ਹੈ ਅਤੇ ਬਕਾਇਦਾ ਤੌਰ 'ਤੇ ਬਾਲਮੀਕ ਦੀ ਲਿਖੀ ਹੋਈ ਰਮਾਇਣ ਦੇ ਵਿੱਚ ਇਹ ਅਧਿਆਏ ਸ਼ਾਮਲ ਹੈ। ਕਹਿੰਦੇ ਦਸ਼ਰਥ ਮਹਿਲਾਂ ਉੱਪਰ ਚੜ੍ਹ ਗਿਆ, ਜਦੋਂ ਤੱਕ ਉਹਨੂੰ ਆਪਣਾ ਪੁੱਤਰ ਦਿਸਦਾ ਰਿਹਾ ਉਦੋਂ ਤੱਕ ਰੋਂਦਾ ਰਿਹਾ, ਅਤੇ ਜਦੋਂ ਰਾਮ ਅੱਖਾਂ ਤੋਂ ਓਹਲੇ ਹੋਇਆ ਅਤੇ ਮਹਿਲਾਂ ਤੋਂ ਛਾਲ ਮਾਰ ਕਰਕੇ ਮੁੜ ਗਏ ਮਰ ਗਿਆ ਸੀ। ਕਹਿੰਦੇ ਦਸ਼ਰਥ ਮਹਿਲਾਂ ਤੋਂ ਛਾਲ ਮਾਰ ਮੋਇਆ, ਇਬਰਾਹੀਮ ਨੇ ਅੱਖਾਂ ਬੰਨ ਲਈਆਂ, ਮਾਰਨ ਲੱਗਾ ਸੀ ਤਲਵਾਰ ਰੋਇਆ। ਇਬਰਾਹੀਮ ਪੈਗੰਬਰ ਮੰਨਿਆ, ਇਸਲਾਮ ਵਾਲੇ ਉਹਦੇ ਨਾਲ ਮੁਹੱਬਤ ਕਰਦੇ ਨੇ, ਪਰ ਕਹਿੰਦੇ ਜਦੋਂ ਖੁਦਾ ਦੀ ਪ੍ਰਸੰਨਤਾ ਲਈ ਅਤੇ ਖੁਦਾ ਨੂੰ ਆਖਿਆ ਮੈਂ ਸਭ ਤੋਂ ਪਿਆਰੀ ਚੀਜ਼ ਤੁਹਾਨੂੰ ਭੇਟਾ ਕਰਨਾ ਚਾਹੁੰਦਾ, ਅਤੇ ਖੁਦਾ ਨੇ ਆਖਿਆ ਸਭ ਤੋਂ ਪਿਆਰਾ ਤੈਨੂੰ ਆਪਣਾ ਪੁੱਤਰ ਹੈ, ਅਤੇ ਜੇ ਤੂੰ ਸਭ ਤੋਂ ਪਿਆਰੀ ਚੀਜ਼ ਕੁਰਬਾਨ ਕਰਨੀ ਹੈ ਤਾਂ ਆਪਣਾ ਪੁੱਤਰ ਕੁਰਬਾਨ ਕਰ। ਕਹਿੰਦੇ ਇਬਰਾਹੀਮ ਖੁਦਾ ਨੂੰ ਨਾ ਤਾਂ ਨਹੀਂ ਕਰ ਸਕਿਆ, ਪਰ ਜਿਸ ਸਮੇਂ ਆਪਣੇ ਪੁੱਤਰ ਉੱਪਰ ਤਲਵਾਰ ਚਲਾਉਣ ਲੱਗਾ ਨਾ, ਉਸ ਸਮੇਂ ਉਹਦੇ ਹੱਥ ਕੰਬ ਗਏ, ਨਾਲ ਦੇ ਸੇਵਕਾਂ ਨੇ ਉਹਦੀਆਂ ਅੱਖਾਂ ਬੰਨ ਦਿੱਤੀਆਂ, ਪਰ ਉਹਦਾ ਹੌਸਲਾ ਨਹੀਂ ਪੈ ਰਿਹਾ। ਅਖੀਰ ਉਹਨਾਂ ਨੇ ਪੁੱਤਰ ਨੂੰ ਪਛਾਂਹ ਹਟਾ ਕਰਕੇ ਅੱਗੇ ਬੱਕਰਾ ਕਰ ਦਿੱਤਾ, ਇਬਰਾਹੀਮ ਨੇ ਬੱਕਰੇ ਦੇ 2 ਟੁਕੜੇ ਕਰ ਦਿੱਤੇ। ਅੱਜ ਵੀ ਇਸਲਾਮ ਵਾਲੇ ਜਦੋਂ ਬਕਰੀਦ ਮਨਾਉਂਦੇ ਨੇ ਵਿਸ਼ੇਸ਼ ਕਰਕੇ ਕੁਰਬਾਨੀ ਦਿੰਦੇ ਨੇ, ਅਤੇ ਕੁਰਬਾਨੀ ਦਾ ਜਿਹੜਾ ਮਹੱਤਵ ਹੈ ਉਹ ਇਹ ਦਰਸਾਉਂਦੇ ਨੇ ਕਿ ਅਸੀਂ ਖੁਦਾ ਦੀ ਖੁਸ਼ੀ ਲੈਣ ਵਾਸਤੇ, ਕਿਉਂਕਿ ਬੇਜ਼ੁਬਾਨ ਜਾਨਵਰ ਨੂੰ ਮਾਰ ਦੇਣਾ ਖੁਦਾ ਦੀ ਖੁਸ਼ੀ ਲੈਣ ਵਾਸਤੇ ਬੜਾ ਔਖਾ ਹੋਇਆ ਕਰਦਾ ਹੈ। ਕਿਉਂਕਿ ਇਹ ਗੱਲ ਆਪਾਂ ਸਮਝਦੇ ਬੜੇ ਸਵਾਦ ਦੇ ਨਾਲ, ਲੋਕ ਮਾਸ ਦਾ ਸੇਵਨ ਕਰਦੇ ਨੇ, ਇੱਥੋਂ ਤੱਕ ਵੀ ਕਹਿ ਦਿੱਤਾ ਕਿ ਗੁਰਮਤ ਇਸ ਗੱਲ ਦਾ ਖੰਡਨ ਨਹੀਂ ਕਰਦੀ, ਪਰ ਯਾਦ ਰੱਖਣਾ ਗੁਰਬਾਣੀ ਨੇ ਮਾਸ ਦੀ ਗੱਲ ਗੁਰਬਾਣੀ ਵਿੱਚ ਜ਼ਰੂਰ ਕੀਤੀ ਹੈ, ਪਰ ਉੱਥੇ ਸਤਿਗੁਰਾਂ ਨੇ ਕੁੱਕੜ ਦੀ ਅਤੇ ਬੱਕਰੇ ਦੀ ਗੱਲ ਨਹੀਂ ਕੀਤੀ। ਜੇ ਮਾਸ ਖਾਣ ਦੇ ਇੰਨੇ ਆਪਾਂ ਸ਼ੌਕੀਨ ਹਾਂ ਅਤੇ ਕਿਤੇ ਆਪਣੀ ਉਂਗਲ ਉੱਪਰ ਝਰੀਟ ਆ ਜਾਵੇ ਨਾ, ਕਿਤੇ ਆਪਣੇ ਅੰਦਰ ਨੂੰ ਤੱਕਣਾ, ਕਿਉਂਕਿ ਜਿਸ ਤਰ੍ਹਾਂ ਦੀ ਜਾਨ ਸਾਨੂੰ ਪਿਆਰੀ ਹੈ ਅਤੇ ਇਸ ਤਰ੍ਹਾਂ ਦੀ ਜਾਨ ਉਹਨਾਂ ਨੂੰ ਪਿਆਰੀ ਹੈ। ਅੱਜ ਯੁੱਗ ਬੜਾ ਅੱਗੇ ਚਲੇ ਗਿਆ ਅਤੇ ਕਿਤੇ ਲਾਈਵ ਯੂਟਿਊਬ ਉੱਪਰ ਤੁਸੀਂ ਕਿਸੇ ਬੱਕਰੇ ਦੀ ਊਂਟ ਦੀ ਬਲੀ ਨੂੰ ਤੱਕਣਾ ਕਿ ਉਹਦੀਆਂ ਅੱਖਾਂ ਦੇ ਵਿੱਚ ਕਿੰਨਾ ਡਰ ਹੈ, ਉਹ ਨਹੀਂ ਚਾਹੁੰਦਾ ਕਿ ਮੈਨੂੰ ਜ਼ਬਾਹ ਕੀਤਾ ਜਾਏ, ਕਿਉਂਕਿ ਜ਼ਬਾਨ ਦੇ ਸਵਾਦ ਵਾਸਤੇ ਕਿਸੇ ਜਾਨਵਰ ਨੂੰ ਖੁਦਾ ਦੇ ਨਾਮ ਉੱਪਰ ਕੁਰਬਾਨ ਕਰਨਾ ਇਹ ਧਰਮ ਨਹੀਂ ਆਖਿਆ ਕਰਦਾ। ਉਸ ਸਮੇਂ ਕਹਿੰਦੇ ਇਬਰਾਹੀਮ ਨੇ ਅੱਖਾਂ ਬੰਨ ਲਈਆਂ, ਮਾਰਨ ਲੱਗਾ ਸੀ ਪਰਿਵਾਰ ਰੋਇਆ। ਉਹ ਵਿਦਵਾਨ ਲਿਖਦਾ ਹੈ ਕਿ ਅਭਿਮਨੂ ਦੀ ਜਦ ਸੁਣੀ ਮੌਤ ਅਰਜਨ, ਸਿੱਟ ਰਣ ਦੇ ਵਿੱਚ ਹਥਿਆਰ ਰੋਇਆ। ਮਹਾਭਾਰਤ ਦਾ ਜੰਗ ਹੋ ਰਿਹਾ, ਬੜੇ ਜੁਝਾਰੂਪਣ ਦੇ ਨਾਲ ਅੱਜ ਅਰਜਨ ਜੂਝ ਰਿਹਾ, ਪਰ ਕਹਿੰਦੇ ਜਿਸ ਸਮੇਂ ਅਰਜਨ ਨੂੰ ਇਹ ਪਤਾ ਲੱਗਾ ਕਿ ਉਹਦਾ ਪੁੱਤਰ ਅਭਿਮਨਿਊ ਮਾਰਿਆ ਗਿਆ ਹੈ, ਕਹਿੰਦੇ ਹੱਥ ਵਿੱਚੋਂ ਤਲਵਾਰ ਡਿੱਗ ਗਈ ਸੀ। ਕਹਿਣ ਲੱਗਾ ਪੁੱਤਰ ਵਾਸਤੇ ਸਭ ਕੁਝ ਕਰ ਰਿਹਾ ਹੈ ਅਤੇ ਪੁੱਤਰ ਹੀ ਸੰਸਾਰ ਤੋਂ ਕੂਚ ਕਰ ਗਿਆ। ਕ੍ਰਿਸ਼ਨ ਨੇ ਹੌਸਲਾ ਦਿੱਤਾ, ਪਰ ਕਹਿੰਦੇ ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ, ਅਭਿਮਨੂ ਦੀ ਜਦ ਸੁਣੀ ਮੌਤ ਅਰਜਨ, ਸਿੱਟ ਰਣ ਦੇ ਵਿੱਚ ਹਥਿਆਰ ਰੋਇਆ। ਸੇਵਕ ਆਖਦਾ ਧੰਨ ਦਸ਼ਮੇਸ਼ ਪਿਤਾ, ਜਿਹੜਾ ਵਾਰ ਕੇ ਨਹੀਂ ਪਰਵਾਰ ਰੋਇਆ। ਗੁਰੂ
ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਡੋਲ ਉਸ ਪਾਸੇ ਨੂੰ ਤੁਰੇ ਜਾ ਰਹੇ ਨੇ। ਰਾਤ ਦਾ ਵਕਤ ਹੈ ਅਤੇ ਸਤਿਗੁਰੂ ਸਾਹਿਬ ਜੀ ਨੇ ਉਹ ਸਾਰੀ ਜਿਹੜੀ ਰਾਤ ਹੈ ਉਹ ਚੱਲਦਿਆਂ ਹੋਇਆਂ ਬਤੀਤ ਕੀਤੀ ਹੈ, ਇੱਥੋਂ ਤੱਕ ਕਿ ਚੱਲਦਿਆਂ ਚੱਲਦਿਆਂ ਚਰਨਾਂ ਵਿੱਚ ਪਾਇਆ ਹੋਇਆ ਜਿਹੜਾ ਜੋੜਾ ਹੈ ਉਹ ਫਾਟ ਗਿਆ, ਉਹ ਟੁੱਟ ਗਿਆ। ਜਾਮਾ ਲੀਰੋ ਲੀਰ ਹੈ ਪਰ ਸਤਿਗੁਰੂ ਸਾਹਿਬ ਜੀ ਸਿਦਕ ਦੇ ਵਿੱਚ ਅਡੋਲ ਤੁਰੇ ਜਾ ਰਹੇ ਨੇ। ਮੰਜ਼ਿਲ ਦਾ ਪਤਾ ਨਹੀਂ, ਚੱਲਦਿਆਂ ਚੱਲਦਿਆਂ ਸਤਿਗੁਰੂ ਇੱਕ ਜਗ੍ਹਾ ਦੇ ਉੱਪਰ ਜਾ ਟਿਕਦੇ ਨੇ। ਇੰਨੇ ਚਿਰ ਨੂੰ ਸਵੇਰ ਹੁੰਦੀ ਹੈ ਅਤੇ ਇੱਧਰ ਜਿਹੜੇ ਗੜੀ ਦੇ ਵਿੱਚ ਸੱਤ ਸਿੰਘ ਮੌਜੂਦ ਨੇ ਉਹ ਗੜੀ ਦਾ ਦਰਵਾਜ਼ਾ ਖੋਲ ਜੰਗ ਦੇ ਮੈਦਾਨ ਵਿੱਚ ਉਤਰੇ ਆਉਂਦੇ ਨੇ। ਬਹੁਤ ਜ਼ਿਆਦਾ ਭਿਆਨਕ ਜੰਗ ਹੁੰਦਾ ਹੈ ਅਤੇ ਜਿਸ ਵਕਤ ਭਾਈ ਸੰਗਤ ਸਿੰਘ ਸ਼ਹਾਦਤ ਪ੍ਰਾਪਤ ਕਰਦੇ ਨੇ, ਸਾਰੀ ਤੁਰਕਾਨੀ ਫੌਜ ਇਹ ਗੱਲ ਆਖਦੀ ਹੈ ਕਿ ਦੇਖੋ ਗੁਰੂ ਗੋਬਿੰਦ ਸਿੰਘ ਨੂੰ ਅਸੀਂ ਮਾਰ ਲਿਆ, ਗੁਰੂ ਗੋਬਿੰਦ ਸਿੰਘ ਸਾਡੇ ਹੱਥੋਂ ਕਤਲ ਹੋ ਗਿਆ, ਬੜੇ ਲੰਬੇ ਸਮੇਂ ਤੋਂ ਇਸ ਦੇ ਮਗਰ ਪਏ ਹੋਏ ਸਾਂ। ਪਰ ਕਹਿੰਦੇ ਜਦੋਂ ਵਜੀਦ ਖਾਨ ਨੇ ਗੌਰ ਦੇ ਨਾਲ ਤੱਕਿਆ ਉਹ ਕਹਿੰਦਾ ਤੁਸੀਂ ਭੁਲੇਖੇ ਵਿੱਚ ਹੋ, ਇਹ ਗੁਰੂ ਗੋਬਿੰਦ ਸਿੰਘ ਨਹੀਂ, ਇਹ ਤੇ ਗੁਰੂ ਗੋਬਿੰਦ ਸਿੰਘ ਦਾ ਕੋਈ ਹਮ ਸ਼ਕਲ ਹੈ ਜਿਸ ਗੁਰੂ ਨੂੰ ਪਕੜਨ ਵਾਸਤੇ ਅੱਜ ਤੋਂ 7 ਮਹੀਨੇ ਪਹਿਲਾਂ ਅਸੀਂ ਆਨੰਦਪੁਰ ਨੂੰ ਘੇਰਿਆ ਹੋਇਆ ਸੀ, ਉਹ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਬਚ ਕਰਕੇ ਨਿਕਲ ਗਿਆ। ਉਸ ਜਗ੍ਹਾ ਦੇ ਉੱਪਰ ਘਮਸਾਨ ਦਾ ਉਹਨਾਂ ਨੇ ਜੰਗ ਕੀਤਾ, ਗੜੀ ਨੂੰ ਤਹਿਸ ਨਹਿਸ ਕੀਤਾ। ਸਵੇਰ ਦਾ ਵਕਤ ਹੋ ਚੁੱਕਾ ਹੈ ਅਤੇ ਵਜੀਦ ਖਾਨ ਦੀ ਜਿਹੜੀ ਫੌਜ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਭਾਲ ਵਾਸਤੇ ਹੋ ਤੁਰੀ ਹੈ। ਇੱਧਰ ਉਹ ਜਿਹੜਾ ਦਿਨ ਹੈ ਉਹ ਬਤੀਤ ਹੋ ਰਿਹਾ, ਲਾਸ਼ਾਂ ਉਸੇ ਤਰ੍ਹਾਂ ਉਸ ਮੈਦਾਨ ਦੇ ਵਿੱਚ ਖਿਲਰੀਆਂ ਹੋਈਆਂ ਨੇ। ਰਾਤ ਦੇ ਵਕਤ ਇੱਕ ਘਟਨਾ ਵਾਪਰਦੀ ਹੈ ਕਿ ਬੀਬੀ ਸ਼ਰਨ ਕੌਰ ਨਾਮ ਦੀ ਸਿੰਘਣੀ ਉਸ ਜਗ੍ਹਾ ਉੱਪਰ ਹਾਜ਼ਰ ਹੁੰਦੀ ਹੈ। ਸਮੇਂ ਦੀ ਸਮਾਪਤੀ ਹੋ ਚੁੱਕੀ ਹੈ, ਜਿਵੇਂ ਉਹ ਬੀਬੀ ਸਿਦਕ ਦੇ ਨਾਲ ਇਸ ਸੇਵਾ ਨੂੰ ਨਿਭਾਏਗੀ ਜੋ ਅੱਗੇ ਦਾ ਪ੍ਰਸੰਗ ਹੋਵੇਗਾ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਗੁਰੂ ਕਿਰਪਾ ਕਰੇ ਕਿ ਜਿਸ ਭਾਵਨਾ ਦੇ ਨਾਲ ਆਪਾਂ ਗੁਰੂ ਇਤਿਹਾਸ ਨੂੰ ਵਿਚਾਰ ਰਹੇ ਹਾਂ ਇਹ ਜਿਹੜਾ ਸਿਦਕ ਹੈ ਉਹ ਸਾਡੇ ਅੰਦਰ ਬਰਕਰਾਰ ਰਹੇ ਅਤੇ ਇਸ ਸਿਦਕ ਸਦਕਾ ਹੀ ਅਸੀਂ ਗੁਰੂ ਦਰ ਤੋਂ ਪ੍ਰਸੰਨਤਾ ਹਾਸਲ ਕਰ ਪਾਵਾਂਗੇ। ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੱਖ ਪੰਥ ਦੇ ਮਹਾਨ ਵਿਦਵਾਨ ਕਥਾ ਸਤਿਕਾਰ ਯੋਗ ਗਿਆਨੀ ਜੀ ਗਿਆਨੀ ਸੁਖਵਿੰਦਰ ਸਿੰਘ ਜੀ ਦਮਦਮੀ ਟਕਸਾਲ ਵਾਲੇ, ਜਿਨ੍ਹਾਂ ਪਾਸੋਂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਬਹੁਤ ਹੀ ਪਿਆਰ ਸਹਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਇਤਿਹਾਸ ਕਥਾ ਰੂਪ ਵਿੱਚ ਸਰਵਣ ਕਰ ਰਹੇ ਸੀ, ਉਹਨਾਂ ਤੋਂ ਉਪਰੰਤ ਭਾਈ ਹਰਜੀਤ ਸਿੰਘ ਜੀ ਦਮਦਮੀ ਟਕਸਾਲ ਵਾਲੇ ਸਟੇਜ 'ਤੇ ਸੱਜਣਗੇ, ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਗੇ। ਸਾਧ ਸੰਗਤ ਜੀ ਜਿਵੇਂ ਗਿਆਨੀ ਜੀ ਉਹਨਾਂ ਨੇ ਦੱਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਾਨੀ ਸੰਸਾਰ ਦੇ ਉੱਤੇ ਕੋਈ ਨਹੀਂ ਹੈ। ਦੁਨੀਆਂ ਦੇ ਵਿੱਚ ਬਹੁਤ ਪੈਗੰਬਰ ਹੋਏ ਨੇ, ਬਹੁਤ ਅਵਤਾਰ ਗੁਰੂ ਆਏ ਨੇ, ਪਰ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਤਿਹਾਸ ਸਿਰਜਿਆ ਹੈ ਉਹਦੇ ਵਰਗੀ ਮਿਸਾਲ ਦੁਨੀਆਂ ਦੇ ਉੱਤੇ ਹੋਰ ਕਿਤੇ ਨਹੀਂ ਮਿਲਦੀ। ਜਦੋਂ ਆਪਾਂ ਚਮਕੌਰ ਦੀ ਗਲੀ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਇਹ ਗੱਲਾਂ ਸਾਡੇ ਸਾਹਮਣੇ ਪ੍ਰਤੱਖ ਰੂਪ ਵਿੱਚ ਆਉਂਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀਸ ਝੁਕਾਉਣ ਵਾਸਤੇ, ਉਹਨਾਂ ਨੂੰ ਆਪਣੇ ਅੱਗੇ ਝੁਕਾਉਣ ਵਾਸਤੇ, ਆਪਣਾ ਗੁਲਾਮ ਬਣਾਉਣ ਵਾਸਤੇ ਜਾਂ ਉਹਨਾਂ ਦੀ ਪ੍ਰਤਿਸ਼ਠਤਾ ਨੂੰ ਖਤਮ ਕਰਨ ਵਾਸਤੇ ਮੌਕੇ ਦੀਆਂ ਹਕੂਮਤਾਂ ਦਾ ਅੱਡੀ ਚੋਟੀ ਦਾ ਜ਼ੋਰ ਲੱਗਾ ਰਿਹਾ। ਪਰ ਜਦੋਂ ਗੁਰੂ ਗੋਬਿੰਦ ਸਿੰਘ ਦਾ ਆਪਾਂ ਇਤਿਹਾਸ ਵੇਖਦੇ ਹਾਂ, 3 ਵਾਰ ਗੁਰੂ ਸਾਹਿਬ ਜੀ ਦੇ ਜੀਵਨ ਦੇ ਅੰਦਰ ਮਹਾਰਾਜ ਜੀ ਨੇ ਆਪਣਾ ਸੀਸ ਕਿਸੇ ਦੇ ਅੱਗੇ ਝੁਕਾਇਆ ਹੈ, ਔਰ ਮਹਾਰਾਜ ਨੇ ਸੀਸ ਹੀ ਨਹੀਂ ਝੁਕਾਇਆ ਬਲਕਿ ਸੀਸ ਝੁਕਾ ਕੇ ਜਿਨ੍ਹਾਂ ਦੇ ਅੱਗੇ ਮਹਾਰਾਜ ਨੇ ਗੋਡੇ ਟੇਕੇ ਨੇ ਉਹਨਾਂ ਦੇ ਵਜਨ ਨੂੰ ਵੀ ਸਤ ਕਰਕੇ ਮੰਨਿਆ। 2 ਵਾਰ ਸਤਿਗੁਰੂ ਜੀ ਨੇ ਆਪਣੀ ਮਰਜ਼ੀ ਦੇ ਨਾਲ ਸੀਸ ਝੁਕਾਇਆ ਹੈ, ਤੀਸਰੀ ਵਾਰ ਉਹਨਾਂ ਨੂੰ ਹੁਕਮ ਕਰਕੇ ਉਹਨਾਂ ਨੂੰ ਇਹ ਕਿਹਾ ਗਿਆ ਹੈ ਕਿ ਤੁਸੀਂ ਸਾਡੇ ਇਸ ਵਚਨ ਨੂੰ ਮੰਨਣਾ ਹੈ। 2 ਵਾਰ 1 ਵਾਰ ਖਾਲਸਾ ਪੰਥ ਦੇ ਸਾਜਨਾ ਦੇ ਉੱਤੇ, ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਮੰਗੀ ਸੀ ਉਦੋਂ ਵੀ ਸੀਸ ਝੁਕਾ ਕੇ ਗੋਡੇ ਟੇਕ ਕੇ ਹੱਥ ਫੈਲਾ ਕੇ
ਕਿਹਾ ਸੀ ਖਾਲਸਾ ਜੀ ਮੇਰੀ ਝੋਲੀ ਵਿੱਚ ਵੀ ਅੰਮ੍ਰਿਤ ਦੀ ਦਾਤ ਪਾਓ। ਦੂਸਰੀ ਵਾਰ ਸਤਿਗੁਰੂ ਜੀ ਨੇ ਆਪਣੇ ਆਪ ਸੀਸ ਉਦੋਂ ਝੁਕਾਇਆ ਸੀ ਜਦੋਂ ਨੰਦੇੜ ਸਾਹਿਬ ਦੀ ਧਰਤੀ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਿਆਈ ਪ੍ਰਦਾਨ ਕੀਤੀ ਸੀ। ਔਰ ਵਿਚਲਾ ਇਹ ਸੀਸ ਝੁਕਾਉਣ ਵਾਲਾ ਸਮਾਂ ਖਾਲਸਾ ਪੰਥ ਨੇ ਹੁਕਮ ਕੀਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਦੇ ਅੱਗੇ ਸੀਸ ਝੁਕਾਇਆ ਸੀ। ਕਲਗੀਧਰ ਪੰਥ ਪਿਆਰੇ ਦਾ ਇੱਕ ਹੁਕਮ ਵਜਾ ਕੇ ਤੁਰ ਚੱਲਿਆ, ਚਮਕੌਰ ਗੜੀ ਦੀਆਂ ਕੰਧਾਂ ਨੂੰ ਸੋਚਾਂ ਵਿੱਚ ਪਾ ਕੇ ਤੁਰ ਚੱਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਜੀਵਨ ਇੱਕ ਇਹੋ ਜਿਹਾ ਜੀਵਨ ਹੈ ਜਿਸ ਵਰਗਾ ਹੋਰ ਦੁਨੀਆਂ ਦੇ ਉੱਤੇ ਕੋਈ ਪੈਗੰਬਰ ਨਹੀਂ ਆਇਆ। ਬਿਜਲੀ ਪਈ ਚਮਕਾਂ ਮਾਰਦੀ ਸੀ, ਦਿਸਦੀ ਪਈ ਲਾਸ਼ ਜੁਝਾਰਦੀ ਸੀ, ਇੱਕ ਨਵਾਂ ਵਪਾਰੀ ਦਿਨ ਦੀ ਵੀ ਸਰਬੰਸ ਲਟਾ ਕੇ ਤੁਰ ਚੱਲਿਆ, ਚਮਕੌਰ ਗੜੀ ਦੀਆਂ ਕੰਧਾਂ ਨੂੰ ਸੋਚਾਂ ਵਿੱਚ ਪਾ ਕੇ ਤੁਰ ਚੱਲਿਆ। ਅਗਲਾ ਇਤਿਹਾਸ ਭਾਈ ਸੁਖਵਿੰਦਰ ਸਿੰਘ ਜੀ ਹੁਣਾਂ ਨੇ ਕੱਲ੍ਹ ਨੂੰ ਸਰਵਣ ਕਰਾਉਣਾ ਹੈ ਕਿ ਚਮਕੌਰ ਦੀ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰਾਤ ਦੇ ਹਨੇਰੇ ਵਿੱਚ ਤਾੜੀ ਮਾਰ ਕੇ ਨਿਕਲਣਾ ਔਰ ਕਿੱਥੇ ਪਹੁੰਚਦੇ ਨੇ। ਉੱਧਰ ਅੱਜ ਦਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਦਾ, ਜਿੱਥੇ ਅੱਜ ਦੀ ਰਾਤ ਉਹਨਾਂ ਨੇ ਗੰਗੂ ਬ੍ਰਾਹਮਣ ਦੇ ਘਰ ਵਿੱਚ ਕੱਟੀ ਹੈ। ਕੱਲ੍ਹ ਦਾ ਉਹ ਦਿਹਾੜਾ ਹੈ ਜਦੋਂ ਉਹਨੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਵਾਉਣਾ ਹੈ। ਕਿਵੇਂ ਕਿਵੇਂ ਉਹ ਇਤਿਹਾਸ ਚੱਲਣਾ ਹੈ ਉਹ ਹੀ ਭਾਈ ਸੁਖਵਿੰਦਰ ਸਿੰਘ ਜੀ ਨਾਲ ਦੀ ਨਾਲ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪਿਆਰ ਸਾਹਿਬ ਕੀਰਤਨ ਵਿੱਚ ਜੁੜੀਏ, ਉਪਰੰਤ ਢਾਡੀ ਕਥਾ ਹਾਜ਼ਰੀ ਭਰੇਗਾ, ਗੁਰੂ ਚਰਨਾਂ 'ਚ ਅਰਦਾਸ ਹੋਏਗੀ। ਮਾਲਵਾ ਬ੍ਰਦਰਜ਼ ਐਸੋਸੀਏਸ਼ਨ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਮਾਗਮਾਂ ਦੀ ਸੇਵਾ ਅਤੇ ਸੁਖਮਣੀ ਸਾਹਿਬ ਵਾਲੀਆਂ ਬੀਬੀਆਂ ਭੈਣਾਂ ਵੱਲੋਂ ਇਹ ਸੇਵਾਵਾਂ ਵੀਕਐਂਡ ਦੇ ਉੱਤੇ ਨਿਭਾਈਆਂ ਜਾਣਗੀਆਂ, ਆਪ ਜੀ ਨੇ ਸਹਿਯੋਗ ਦੇਣਾ ਜੀ। ਆਓ ਪਿਆਰ ਸਾਹਿਬ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।